ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਬਲੀ ਜੀ, ਰੱਬ ਇੱਕ ਜੈ ਸਾਈਂ ਜੀ, 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਜੇ ਚੈਨਲ 'ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈੱਲ ਆਈਕਨ ਨੂੰ ਜ਼ਰੂਰ ਦਬਾਓ ਬਾਬਾ ਜੀ, ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਨਾ ਉਹ ਮਿਲਦੀ ਰਹੇ ਜੀ। ਗੱਲ ਬੜੀ ਖਾਸ ਹੈ, ਕਹਿੰਦਾ ਕਲਾਸ 'ਚ ਫਕੀਰਾਂ ਦੀ ਬੈਠਿਆਂ ਨੂੰ ਬੜਾ ਸਮਾਂ ਹੋ ਗਿਆ ਪਰ ਫਾਇਦਾ ਤਾਂ ਕੋਈ ਹੋਇਆ ਹੀ ਨਹੀਂ। ਸਾਈਆਂ ਦੀ ਕਲਾਸ 'ਚ ਬੈਠੇ ਹਾਂ, ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਕਲਾਸ 'ਚ ਬੈਠੇ ਹਾਂ ਪਰ ਯਾਰ ਫਾਇਦਾ ਨਹੀਂ ਕੋਈ ਹੋਇਆ, ਜਾਂਦਿਆਂ ਬੜਾ ਵਕਤ ਹੋ ਗਿਆ। ਹੁਣ ਇੱਥੇ ਸਾਈਂ ਲੋਕ ਇੱਕ ਵਾਰੀ ਗੱਲ ਫਰਮਾ ਰਹੇ ਬੈਠੇ ਸੀ ਤਾਂ ਕਹਿੰਦੇ ਕਿ ਵੀ ਅੱਜ ਕੱਲ੍ਹ ਨਾ ਤਾਂ ਕੋਈ ਸਿੱਖਦਾ ਹੈ ਨਾ ਹੀ ਕੋਈ ਸਿਖਾਉਂਦਾ ਹੈ, ਕਿਉਂਕਿ ਜੇ ਕੋਈ ਸਿਖਾਉਣ ਵਾਲਾ ਮਿਲ ਜਾਂਦਾ ਹੈ ਤਾਂ ਬੰਦੇ ਨੂੰ ਇੱਕ ਦੋ ਗੁਰ ਦਾ ਪਤਾ ਚੱਲਦਾ ਹੈ, ਕਹਿੰਦਾ ਲੈ ਇਹ ਕਾਹਦਾ ਗੁਰੂ ਹੈ, ਇਹ ਤੋਂ ਤਾਂ ਵੱਧ ਮੈਨੂੰ ਪਤਾ ਹੈ। ਸੋ ਨਾ ਹੀ ਕੋਈ ਸਿੱਖਦਾ ਹੈ ਅਤੇ ਨਾ ਹੀ ਕੋਈ ਸਿਖਾਉਂਦਾ ਹੈ। ਕਹਿਣ ਦਾ ਭਾਵ ਕਿ ਮੰਨਣ ਵਾਲੇ ਬਥੇਰੇ ਹੈ ਪਰ ਉਹਦੀ ਮੰਨਣ ਵਾਲਾ ਕੋਈ ਵਿਰਲਾ ਹੈ। ਹੁਣ ਜਾ ਕੇ ਵੀ ਕਹਿੰਦਾ ਹੱਥ ਬੱਲੇ ਕੁਛ ਨਹੀਂ ਲੱਗ ਰਿਹਾ, ਤੇਰਾ ਗੌਰ ਫਰਮਾਉਣਾ। ਪਹਿਲਾਂ ਤਾਂ ਬੰਦੇ ਦਾ ਇਹ ਹੈ ਕਿ ਕਲਾਸ 'ਚ ਜਾਣਾ ਹੈ, ਕਲਾਸ ਕਿਹੜੀ, ਕਿਸੇ ਵੀ ਨੌਲੇਜ ਦੀ। ਹੁਣ ਜੇ ਇਕਲਾਕੀ ਗੱਲ ਲੈ ਲਈਏ ਚਾਹੇ ਦੁਨਿਆਵੀ ਗੱਲ ਲੈ ਲਈਏ, ਕਲਾਸ 'ਚ ਤਾਂ ਜਾਣਾ ਹੀ ਪੈਂਦਾ, ਗੁਰੂ ਸਾਹਮਣੇ ਗੁਰੂ ਤਾਂ ਚਾਹੀਦਾ ਹੀ ਹੈ, ਮੁਰਸ਼ਦ ਤਾਂ ਚਾਹੀਦਾ ਹੀ ਹੈ। ਮੁਰਸ਼ਦ ਬਿਨਾਂ ਕਰਮਾਂ ਸੌਦੇ ਬਾਬਾ ਜੀ ਕਹਿੰਦੇ ਆ ਨਹੀਂ ਮਿਲਦੇ, ਸਾਈਂ ਲੋਕ ਫਰਮਾਉਂਦੇ। ਹੁਣ ਉਹ ਕਹਿੰਦੇ ਆ ਕਿ ਜਾ ਕੇ ਬੈਠਣਾ ਵੀ ਪੈਂਦਾ ਹੈ ਪਰ ਬੈਠ ਕੇ ਵੀ ਕਹਿੰਦਾ ਲਾਭ ਨਹੀਂ ਹੋ ਰਿਹਾ, ਕੋਈ ਫਾਇਦਾ ਤਾਂ ਹੋ ਨਹੀਂ ਰਿਹਾ। ਹੁਣ ਐਸੀ ਹੀ ਗੱਲ ਹੈ ਬਾਬਾ ਜੀ, ਜ਼ਰਾ ਗੌਰ ਨਾਲ ਸੁਣ ਕਿ ਉਹ ਕਿਉਂ ਨਹੀਂ ਹੋ ਰਿਹਾ ਔਰ ਕਿਸ ਤਰ੍ਹਾਂ ਹੋ ਰਿਹਾ। ਸਾਈਂ ਲੋਕ ਫਰਮਾਉਂਦੇ ਸੀ, ਕਹਿੰਦੇ ਇੱਕ ਨਾ ਰਾਜਾ ਸੀ, ਉਹਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਂਕ ਸੀ। ਉਹਨੇ ਹੁਣ ਪੜ੍ਹਨ ਲਿਖਣ ਦਾ ਸ਼ੌਂਕ ਸੀ ਤਾਂ ਉਹਨੇ ਕੀ ਕੀਤਾ, ਉਹਨੇ ਸਾਰੇ ਮੰਤਰੀ ਬੁਲਾਏ, ਮੰਤਰੀਆਂ ਨੂੰ ਕਿਹਾ ਵੀ ਮੇਰੇ ਵਾਸਤੇ ਇੱਕ ਟੀਚਰ ਦੀ ਵਿਵਸਥਾ ਕੀਤੀ ਜਾਵੇ, ਗੁਰੂ ਦੀ ਵਿਵਸਥਾ ਕੀਤੀ ਜਾਵੇ, ਸ਼ਿਕਸ਼ਕ ਦੀ ਵਿਵਸਥਾ ਕੀਤੀ ਜਾਵੇ, ਕਿਉਂਕਿ ਜੇ ਇਨਸਾਨ ਨੇ ਦੁਨਿਆਵੀ ਕੰਮ ਕਰਨਾ ਹੈ ਚਾਹੇ ਇਕਲਾਕੀ ਕੰਮ ਕਰਨਾ ਹੈ ਕੋਈ ਵੀ ਕੰਮ ਕਰਨਾ ਹੈ ਤਾਂ ਉਹਨੂੰ ਪਹਿਲਾਂ ਸਿੱਖਣਾ ਪੈਣਾ ਹੈ ਔਰ ਉਹਦੇ ਵਾਸਤੇ ਗੁਰੂ ਦੀ ਲੋੜ ਪੈਂਦੀ ਹੈ, ਗੁਰੂ ਦੀ ਲੋੜ ਪੈਂਦੀ ਹੈ। ਉਹ ਕਹਿੰਦੇ ਨਾ ਕਰੇ ਸੁਣੀਆਂ ਸੁਣਾਈਆਂ ਗੁਰੂ ਜਾਣੇ ਤੋਂ ਬਿਨਾਂ, ਬਣਿਆ ਫਿਰਦਾ ਨਿਸ਼ਾਨ ਦੀ ਨਿਸ਼ਾਨ ਚੀ ਨਿਸ਼ਾਨੇ ਤੋਂ ਬਿਨਾਂ। ਸੋ ਮੁਰਸ਼ਦ ਸ਼ਿਕਸ਼ਕ ਗੁਰੂ, ਜਦੋਂ ਤੁਸੀਂ ਕੋਈ ਨੌਲੇਜ ਗ੍ਰਹਿਣ ਕਰਨੀ ਹੈ ਕੁਛ ਗਿਆਨ ਚਾਹੀਦਾ ਹੈ ਤਾਂ ਉਹ ਜ਼ਰੂਰੀ ਹੈ, ਕਿਉਂਕਿ ਇੱਕ ਕਿਤਾਬ ਹੈ ਪੜ੍ਹ ਲਿਆ ਪਰ ਉਹਨੂੰ ਪ੍ਰੈਕਟੀਕਲੀ ਕਿੱਦਾਂ ਅੱਗੇ ਚੱਲਣਾ ਹੈ ਉਹ ਸਮਝਾਉਣ ਵਾਸਤੇ ਗੁਰੂ ਮੁਰਸ਼ਦ ਦੀ ਲੋੜ ਪੈਂਦੀ ਹੈ। ਹੁਣ ਇੱਕ ਧੁਰਤੀ ਆਈ ਹੈ ਉਹਦੀ ਗੱਲ ਅਲੱਗ ਹੋ ਜਾਂਦੀ ਹੈ ਕਿ ਇੱਕ ਲੇਖ ਦੀ ਇੱਕ ਭੇਖ ਦੀ ਧੁਰੋਂ ਚੱਲਦੀ ਆਈ ਹੈ। ਸੋ ਪਹਿਲਾਂ ਵੀ ਗੱਲ ਕੀਤੀ ਸੀ, ਸੋ ਗੱਲ ਕਿ ਇੱਕ ਰਾਜਾ ਸੀ, ਉਹਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਂਕ ਸੀ, ਉਹਨੇ ਮੰਤਰੀ ਸਾਰੇ ਇਕੱਠੇ ਕੀਤੇ, ਉਹਨਾਂ ਨੇ ਕਿਹਾ ਵੀ ਮੇਰੇ ਵਾਸਤੇ ਇੱਕ ਗੁਰੂ ਦਾ ਵਿਵਸਥਾ ਕੀਤੀ ਜਾਵੇ, ਗੁਰੂ ਦੱਸਿਆ ਜਾਵੇ ਕੋਈ, ਉਹਨੂੰ ਬੁਲਾਇਆ ਜਾਵੇ। ਹੁਣ ਉਹ ਸ਼ਿਕਸ਼ਕ ਸੀ ਜਿਹੜਾ, ਉਹ ਇੱਕ ਸ਼ਿਕਸ਼ਕ ਦੀ ਉਹਨਾਂ ਨੇ ਵਿਵਸਥਾ ਕੀਤੀ, ਮਿਲਿਆ, ਉਹਨਾਂ ਨੇ ਕਿਹਾ ਵੀ ਸਾਡੇ ਰਾਜੇ ਨੂੰ ਪੜ੍ਹਾਉਣਾ ਹੈ ਬਾਬਾ ਜੀ, ਉਸਨੂੰ ਕਿਹਾ ਗੁਰੂ ਨੂੰ ਵੀ ਸਾਡੇ ਰਾਜੇ ਨੂੰ ਪੜ੍ਹਾਉਣਾ ਹੈ, ਉਹਨੂੰ ਪੜ੍ਹਨ ਦਾ ਸ਼ੌਂਕ ਹੈ ਅਤੇ ਤੁਹਾਨੂੰ ਰਾਜ ਦਰਬਾਰ ਹੀ ਆਉਣਾ ਪੈਣਾ। ਚਲੋ ਜੀ, ਉਹ ਜਿਹੜੇ ਸ਼ਿਕਸ਼ਕ ਸੀ, ਟੀਚਰ ਸੀ, ਗੁਰੂ ਸੀ, ਉਹ ਰਾਜੇ ਨੂੰ ਪੜ੍ਹਾਉਣ ਵਾਸਤੇ ਆਉਣ ਲੱਗ ਪਏ। ਹੁਣ ਰਾਜੇ ਨੂੰ ਅਜੇ ਉਹ ਜਿਹੜਾ ਗਿਆਨ ਸੀ, ਉਹ ਨੌਲੇਜ ਲੈਂਦਿਆਂ ਅਜੇ ਕੁਛ ਹੀ ਮਹੀਨੇ ਬੀਤੇ ਸੀ,
ਹੁਣ ਬੀਤਿਆਂ ਨੂੰ ਥੋੜ੍ਹਾ ਹੀ ਸਮਾਂ ਹੋਇਆ, ਉਹ ਕਹਿੰਦਾ ਯਾਰ ਮੈਨੂੰ ਲਾਭ ਨਹੀਂ ਕੋਈ ਹੋ ਰਿਹਾ, ਵੀ ਰਾਜੇ ਨੂੰ ਕੋਈ ਉਸ ਤੋਂ ਬੈਨੀਫਿਟ ਨਹੀਂ ਹੋ ਪਾ ਰਿਹਾ ਸੀ। ਹੁਣ ਗੁਰੂ ਰੋਜ਼ ਆਤੇ ਹੈ, ਬਹੁਤ ਮਿਹਨਤ ਕਰਦੇ ਹੈ, ਪਰ ਰਾਜੇ ਨੂੰ ਹੁਣ ਉਸ ਜਿਹੜੀ ਸ਼ਿਕਸ਼ਾ ਉਹ ਗ੍ਰਹਿਣ ਕਰ ਰਿਹਾ ਸੀ, ਜਿਹੜਾ ਗਿਆਨ ਉਹਨੂੰ ਮਿਲ ਰਿਹਾ ਸੀ, ਜਿਹੜੀ ਨੌਲੇਜ ਉਹ ਲੈ ਰਿਹਾ ਸੀ, ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਸੀ। ਰਾਜਾ ਬੜਾ ਪਰੇਸ਼ਾਨ। ਹੁਣ ਇਹ ਇਨਸਾਨ ਦੀ ਫਿਤਰਤ ਹੈ, ਇਨਸਾਨ ਆਪਣੇ ਵਿੱਚ ਕਮੀ ਨਹੀਂ ਲੱਭਦਾ, ਇਨਸਾਨ ਦੂਜੇ ਵਿੱਚ ਕਮੀ ਲੱਭਦਾ ਹੈ। ਜਦੋਂ ਵੀ ਇਨਸਾਨ ਲੱਭਦਾ ਹੈ ਕਿ ਯਾਰ ਇਹ ਇੱਕ ਚੀਜ਼ ਯਾਦ ਰੱਖਣਾ ਕਿ ਪਰਮਾਤਮਾ ਦੇ ਵਿੱਚ, ਰੱਬ ਦੇ ਵਿੱਚ, ਗੁਰੂ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ, ਮੁਰੀਦ 'ਚ ਕੋਈ ਕਮੀ ਹੋ ਸਕਦੀ ਹੈ। ਔਰ ਹੋ ਸਕਦਾ ਹੈ ਕਿ ਕੱਚੇ ਪੱਕੇ ਦਾ ਵੀ ਪਰਖਣਾ ਜ਼ਰੂਰੀ ਹੈ ਭਾਈ। ਹੁਣ ਇਹ ਹੈ ਕਿ ਤੂੰ ਗਿਆ ਹੀ ਗਲਤ ਰਾਹੇ ਹੈ ਤਾਂ ਉਹਦਾ ਕੀ ਕਰ ਸਕਦੇ ਹਾਂ, ਇੱਦਾਂ ਵੀ ਹੁੰਦਾ ਹੈ ਕਈ ਵਾਰੀ, ਉਹ ਇੱਕ ਅਲੱਗ ਗੱਲ ਹੈ। ਪਰ ਹੁਣ ਇਨਸਾਨ ਦੀ ਇੱਥੇ ਫਿਤਰਤ ਹੈ ਕਿ ਉਹ ਦੂਜੇ ਦਾ ਨੁਕਸ ਕੱਢਦਾ ਹੈ, ਆਪਣਾ ਨਹੀਂ ਕੱਢਦਾ, ਆਪਣੇ ਵੱਲ ਨਹੀਂ ਦੇਖਦਾ ਕਿ ਮੇਰੀ ਕੀ ਗਲਤੀ ਹੈ। ਹੁਣ ਰਾਜੇ ਦੇ ਮਨ ਦੇ ਅੰਦਰ ਗੁਰੂ ਦੇ ਪ੍ਰਤੀ ਬਾਬਾ ਜੀ ਸ਼ੰਕਾ ਆ ਗਈ ਕਿ ਸ਼ਾਇਦ ਮੈਂ ਇੰਨਾ ਨਾਮ ਸੁਣਿਆ ਹੈ, ਲੋਕ ਕਹਿੰਦੇ ਹੈ ਕਿ ਬੜਾ ਵਧੀਆ ਗੁਰੂ ਹੈ, ਬੜਾ ਵਧੀਆ ਟੀਚਰ ਹੈ, ਇੰਨੀ ਪ੍ਰਸਿੱਧੀ ਹੈ, ਜੱਗ ਸਾਰਾ ਜਾਣਦਾ ਹੈ, ਪਰ ਮੈਨੂੰ ਇਹਨਾਂ ਦਾ ਫਾਇਦਾ ਨਹੀਂ ਹੋ ਰਿਹਾ, ਸ਼ਾਇਦ ਇਹਨਾਂ ਦੇ ਵਿੱਚ ਹੀ ਕੋਈ ਕਮੀ ਹੈ। ਤਾਂ ਉਹ ਰਾਜੇ ਨੇ ਆਪਣੀ ਰਾਣੀ ਨਾਲ ਵੀ ਗੱਲ ਕੀਤੀ। ਰਾਣੀ ਕਹਿੰਦੀ ਜੀ ਮਹਾਰਾਜ ਕਿ ਰਾਜਾ ਸਾਹਿਬ ਤੁਸੀਂ ਇਹ ਸਵਾਲ ਤੁਹਾਨੂੰ ਵਾਰ ਵਾਰ ਤੰਗ ਕਰਦਾ ਕਿ ਤੁਹਾਨੂੰ ਗੁਰੂ ਦਾ ਲਾਭ ਕਿਉਂ ਨਹੀਂ ਹੋ ਰਿਹਾ, ਤੁਹਾਡੇ ਮਨ ਦੇ ਅੰਦਰ ਗੁਰੂ ਦੇ ਪ੍ਰਤੀ ਸ਼ੰਕਾ ਆ ਰਹੀ ਹੈ, ਤਾਂ ਤੁਸੀਂ ਇਹ ਸਵਾਲ ਦਾ ਜਵਾਬ ਜਿਹੜਾ ਹੈ ਇਹ ਗੁਰੂ ਕੋਲੋਂ ਹੀ ਮੰਗ ਲਓ, ਕਿਉਂਕਿ ਗੁਰੂਆਂ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਹੈ, ਮੁਰਸ਼ਦਾਂ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਹੈ, ਅਤੇ ਇੱਦਾਂ ਹੀ ਸ਼ਿਕਸ਼ਕ ਹੈ, ਤੁਸੀਂ ਉਹਨਾਂ ਨੂੰ ਪੁੱਛ ਲਓ ਕਿ ਇਹ ਸਵਾਲ ਦਾ ਕੀ ਜਵਾਬ ਹੈ। ਹੁਣ ਰਾਜਾ ਨੇ ਫਿਰ ਇੱਕ ਦਿਨ ਹਿੰਮਤ ਕਰ ਹੀ ਲਈ, ਉਹ ਗੁਰੂ ਜੀ ਦੇ ਸਾਹਮਣੇ ਉਹਨੇ ਆਪਣੀ ਗੱਲ ਰੱਖੀ, ਕਹਿੰਦਾ ਹੇ ਗੁਰੂਵਰ ਮੈਨੂੰ ਮਾਫ਼ ਕਰਨਾ, ਮੈਂ ਕਈ ਮਹੀਨੇ ਹੋ ਗਏ ਤੁਹਾਡੇ ਤੋਂ ਤੁਹਾਡੀਆਂ ਕਲਾਸਾਂ ਵਿੱਚ ਬੈਠਾ ਹਾਂ, ਤੁਹਾਡੀ ਕਲਾਸ ਮੈਂ ਲਗਾ ਰਿਹਾ ਹਾਂ, ਪਰ ਮੈਨੂੰ ਤੁਹਾਡੇ ਇਸ ਕਲਾਸ ਦਾ ਜਾਂ ਗਿਆਨ ਦਾ ਕੋਈ ਲਾਭ ਨਹੀਂ ਹੋ ਰਿਹਾ, ਮੈਨੂੰ ਕੋਈ ਲਾਭ ਹੀ ਨਹੀਂ ਹੋ ਰਿਹਾ, ਮੈਨੂੰ ਦੱਸੋ ਕਿਉਂ ਨਹੀਂ ਹੋ ਰਿਹਾ। ਤਾਂ ਗੁਰੂ ਥੋੜ੍ਹੇ ਜਿਹੇ ਮੁਸਕੁਰਾਏ ਔਰ ਬੜੀ ਹੀ ਸ਼ਾਂਤੀ ਦੇ ਨਾਲ ਇਹ ਜਵਾਬ ਦਿੱਤਾ ਕਿ ਰਾਜਾ ਇਹਦਾ ਕਾਰਨ ਬੜਾ ਸਿੱਧਾ ਅਤੇ ਸਰਲ ਹੈ, ਕਿਉਂਕਿ ਤੂੰ ਪੁੱਛਦਾ ਹੈ ਕਿ ਤੈਨੂੰ ਮੇਰੀ ਸ਼ਿਕਸ਼ਾ ਦਾ, ਮੇਰੇ ਗਿਆਨ ਦਾ ਕੋਈ ਫਾਇਦਾ ਨਹੀਂ ਹੋ ਪਾ ਰਿਹਾ, ਜਾਂ ਤੈਨੂੰ ਉਸ ਗਿਆਨ ਦਾ ਕੋਈ ਤੂੰ ਫਾਇਦਾ ਲੈ ਨਹੀਂ ਪਾ ਰਿਹਾ, ਤਾਂ ਇਹਦਾ ਜਿਹੜਾ ਜਵਾਬ ਹੈ ਉਹ ਬੜਾ ਸਿੱਧਾ ਸਿੱਧਾ ਹੈ। ਹੁਣ ਰਾਜਾ ਸੀ, ਰਾਜਾ ਕਹਿੰਦਾ ਮਹਾਰਾਜ ਮੇਰੇ ਸਵਾਲ ਦਾ ਜਵਾਬ ਦੇ ਦਿਓ, ਬੜੀ ਤੁਹਾਡੀ ਮਿਹਰਬਾਨੀ ਹੋਊਗੀ, ਕਿਰਪਾ ਕਰਕੇ ਜਲਦੀ ਤੋਂ ਜਲਦੀ ਮੇਰੇ ਇਸ ਪ੍ਰਸ਼ਨ ਦਾ ਉੱਤਰ ਦੇ ਦਿਓ। ਅਤੇ ਗੁਰੂ ਨੇ ਫਿਰ ਫਰਮਾਇਆ, ਕਹਿਣ ਲੱਗੇ ਕਿ ਰਾਜਾ ਗੱਲ ਬੜੀ ਛੋਟੀ ਹੈ, ਪਰ ਰਾਜਾ ਤੂੰ ਆਪਣੇ ਅਹੰਕਾਰ ਦੇ ਕਾਰਨ ਇਹ ਗੱਲ ਨੂੰ ਸਮਝ ਨਹੀਂ ਪਾ ਰਿਹਾ, ਇਸੇ ਲਈ ਤੂੰ ਪਰੇਸ਼ਾਨ ਵੀ ਹੈ ਅਤੇ ਦੁਖੀ ਵੀ ਹੈ ਕਿ ਤੇਰੇ ਅੰਦਰ ਰਾਜਾ ਹੋਣ ਦਾ ਹੰਕਾਰ ਹੈ, ਜਿਹੜੀ ਗੱਲ ਤੈਨੂੰ ਛੋਟੀ ਜਿਹੀ ਗੱਲ ਇਸੇ ਕਰਕੇ ਸਮਝ ਨਹੀਂ ਆ ਰਹੀ, ਇਸੇ ਲਈ ਤੂੰ ਪਰੇਸ਼ਾਨ ਵੀ ਹੈ ਦੁਖੀ ਵੀ ਹੈ। ਮੰਨਿਆ ਕਿ ਤੂੰ ਰਾਜਾ ਹੈ, ਮੰਨਿਆ ਕਿ ਤੂੰ ਹਰ ਚੀਜ਼ 'ਚ ਮੇਰੇ ਤੋਂ ਵੱਡਾ, ਚਾਹੇ ਪਦ ਕਹਿ ਲਓ, ਚਾਹੇ ਪ੍ਰਤਿਸ਼ਠਾ ਕਹਿ ਲਓ, ਕਹਿਣ ਦਾ ਭਾਵ ਕਿ ਤੂੰ ਰਾਜਾ ਹੈ, ਪਰ ਤੇਰਾ ਮੇਰਾ ਰਿਸ਼ਤਾ ਜਿਹੜਾ ਹੈ, ਇਸੇ ਲਈ ਗੁਰੂ ਦੇ ਕੋਲ ਉਹ ਕਹਿੰਦੇ ਨਾ ਜਦ ਵੀ ਜਾਈਏ ਮੰਗਤੇ ਬਣ ਕੇ ਜਾਈਏ, ਉਹ ਕਹਿੰਦੇ ਵੀ ਪਰ ਤੇਰਾ ਮੇਰਾ ਜਿਹੜਾ ਰਿਸ਼ਤਾ ਹੈ, ਤੇਰਾ ਗੌਰ ਫਰਮਾਣਾ,
ਉਹ ਗੁਰੂ ਕਹਿੰਦੇ ਕਿ ਤੇਰਾ ਮੇਰਾ ਜਿਹੜਾ ਰਿਸ਼ਤਾ ਹੈ ਇੱਕ ਗੁਰੂ ਅਤੇ ਇੱਕ ਸ਼ਿਸ਼ਿਆ ਦਾ ਹੈ, ਇੱਕ ਗੁਰੂ ਅਤੇ ਇੱਕ ਸੇਵਕ ਦਾ ਹੈ। ਗੁਰੂ ਹੋਣ ਦੇ ਨਾਤੇ ਮੇਰਾ ਜਿਹੜਾ ਸਥਾਨ ਹੈ, ਮੇਰਾ ਜਿਹੜਾ ਜਿਹੜੀ ਮੇਰੀ ਪਦਵੀ ਹੈ ਉਹ ਉੱਚੀ ਹੈ ਔਰ ਉੱਚੀ ਹੋਣੀ ਚਾਹੀਦੀ ਹੈ। ਪਰ ਤੂੰ ਆਪ ਉੱਚੇ ਸਿੰਘਾਸਨ 'ਤੇ ਬੈਠਾ ਅਤੇ ਮੈਨੂੰ ਤੂੰ ਥੱਲੇ ਆਸਨ 'ਤੇ ਬਿਠਾ ਤਾ। ਜ਼ਰਾ ਗੌਰ ਕਰਨਾ ਕਿ ਮੰਨਿਆ ਕਿ ਤੂੰ ਰਾਜਾ ਹੈ, ਮੰਨਿਆ ਕਿ ਤੂੰ ਅਮੀਰ ਬਹੁਤ ਹੈ, ਪਰ ਗੁਰੂ ਹਾਂ ਮੈਂ ਤੇਰਾ। ਆਪ ਤੂੰ ਉੱਚੇ ਸਿੰਘਾਸਨ 'ਤੇ ਬੈਠਾ ਹੈ, ਮੈਨੂੰ ਤੂੰ ਨੀਚੇ ਆਸਣ 'ਤੇ ਬਿਠਾਤਾ। ਬਸ ਇਹੀ ਕਾਰਨ ਹੈ ਕਿ ਜਿਹਦੇ ਨਾਲ ਨਾ ਤਾਂ ਕੋਈ ਤੈਨੂੰ ਸ਼ਿਕਸ਼ਾ ਪ੍ਰਾਪਤ ਹੋ ਰਹੀ ਹੈ, ਨਾ ਹੀ ਕੋਈ ਗਿਆਨ ਮਿਲ ਰਿਹਾ ਹੈ। ਹੁਣ ਤੂੰ ਰਾਜਾ ਹੈ ਔਰ ਤੇਰੇ ਰਾਜਾ ਹੋਣ ਕਰਕੇ ਮੈਂ ਤੈਨੂੰ ਇਹ ਗੱਲ ਕਹੀ ਨਹੀਂ, ਪਰ ਕੱਲ੍ਹ ਤੋਂ ਜੇ ਤੂੰ ਮੈਨੂੰ ਉੱਚੇ ਆਸਣ 'ਤੇ ਬਿਠਾਏ ਅਤੇ ਆਪ ਨੀਚੇ ਬੈਠੇ ਤਾਂ ਕੋਈ ਵੀ ਇੱਦਾਂ ਦਾ ਤੈਨੂੰ ਕਾਰਨ ਨਹੀਂ ਮਿਲੇਗਾ ਜਿਹਦੇ ਨਾਲ ਤੂੰ ਸ਼ਿਕਸ਼ਾ ਪ੍ਰਾਪਤ ਨਾ ਕਰ ਪਾਏ, ਜਿਹਦੇ ਨਾਲ ਤੈਨੂੰ ਉਸ ਸ਼ਿਕਸ਼ਾ ਦਾ ਗਿਆਨ ਨਾ ਹੋਵੇ, ਜਿਹਦੇ ਨਾਲ ਤੈਨੂੰ ਉਸ ਗਿਆਨ ਦਾ ਬੈਨੀਫਿਟ ਨਾ ਹੋਵੇ। ਜ਼ਰਾ ਗੌਰ ਫਰਮਾਉਣਾ ਕਿ ਉੱਚੀ ਥਾਂ 'ਤੇ ਯਾਰ ਬਿਠਾਈਏ ਅਤੇ ਨੀਵੀਂ ਥਾਂ 'ਤੇ ਬਹੀਏ। ਉਹ ਬਾਬਾ ਜੀ ਜਿਹੜੇ ਰਾਹ ਦਾ ਪਤਾ ਨਾ ਹੋਵੇ ਉਸ ਰਸਤੇ ਨਾ ਪਈਏ। ਫਿਰ ਰਾਜੇ ਨੂੰ ਜਦੋਂ ਇਹ ਗੱਲ ਸਮਝ ਆਈ ਉਹਨੇ ਉਸੇ ਵਕਤ ਆਪਣੀ ਗਲਤੀ ਨੂੰ ਸਵੀਕਾਰ ਕੀਤਾ, ਮਾਫ਼ੀ ਮੰਗੀ ਕਿ ਵਾਕਈ ਜਿਹਦੇ ਕੋਲੋਂ ਗਿਆਨ ਲੈਣਾ ਹੈ, ਜਿਹਦੇ ਕੋਲੋਂ ਕੋਈ ਸ਼ਿਕਸ਼ਾ ਲੈਣੀ ਹੈ, ਜਿਹਦੇ ਕੋਲੋਂ ਕੁਛ ਹਾਸਲ ਕਰਨਾ ਹੈ, ਉਹਦੇ ਕੋਲ ਨੀਵੇਂ ਹੋ ਕੇ ਜਾਣਾ ਪੈਣਾ। ਹੁਣ ਇੱਥੇ ਗੱਲ ਇਹ ਵੀ ਨਹੀਂ ਹੈ ਉੱਚੇ ਜਾਂ ਥੱਲੇ ਬੈਠਣ ਦੀ ਨਹੀਂ ਹੈ, ਇੱਥੇ ਗੱਲ ਇਹ ਵੀ ਨਹੀਂ। ਇੱਥੇ ਇਹ ਹੈ ਕਿ ਮੰਨਿਆ ਕਿ ਸਾਡੇ ਰਿਸ਼ਤੇ ਨਾਤੇ ਬੜੇ ਹੈ, ਅਸੀਂ ਬੜੇ, ਕੋਈ ਇਨਸਾਨ ਬੜੀ ਪਦਵੀ 'ਤੇ ਬੈਠਾ ਹੈ, ਕਿਸੇ ਕੋਲ ਧਨ ਬਹੁਤ ਹੈ, ਕਿਸੇ ਦਾ ਨਾਮ ਬਹੁਤ ਹੈ, ਪਰ ਜਦੋਂ ਆਪਣੇ ਗੁਰੂ ਨੂੰ, ਜਦ ਤੱਕ ਕੋਈ ਇਨਸਾਨ ਜਿਹੜਾ ਗੁਰੂ ਵਾਲਾ ਹੈ, ਮੁਰਸ਼ਦ ਵਾਲਾ ਹੈ, ਜਦ ਤੱਕ ਉਸਨੂੰ ਇੱਕ ਸਹੀ ਸਥਾਨ 'ਤੇ ਆਪਾਂ ਨਹੀਂ ਰੱਖ ਸਕਦੇ, ਉਦੋਂ ਤੱਕ ਫਿਰ ਇਨਸਾਨ ਦਾ ਭਲਾ ਨਹੀਂ ਹੁੰਦਾ। ਬਾਬਾ ਜੀ ਗੁਰੂ ਦਾ ਜਿਹੜਾ ਰੁਤਬਾ ਹੈ ਉਹ ਬਹੁਤ ਉੱਚਾ ਹੈ ਔਰ ਇਨਸਾਨ ਅਜੇ ਉੱਚੇ ਨੀਚੇ ਵਾਲੇ ਚੱਕਰਾਂ 'ਚ ਹੀ ਪਿਆ ਰਹਿੰਦਾ ਹੈ। ਉਹ ਕਹਿੰਦਾ ਨਾ ਕਿ ਸਾਈਆਂ ਦੀ ਕਲਾਸ ਵਿੱਚ, ਸਾਈਆਂ ਦੇ ਕਾਲਜਾਂ ਦੇ ਵਿੱਚ, ਇਹਨਾਂ ਗੁਰੂਆਂ ਰਹਿਬਰਾਂ ਦੇ ਸਕੂਲਾਂ ਦੇ ਵਿੱਚ ਤੇਰੇ ਨਾ ਤਾਂ ਧਨ ਦੇਖਿਆ ਜਾਣਾ ਹੈ, ਨਾ ਤੂੰ ਕਿੰਨਾ ਪੜ੍ਹਿਆ ਹੈ ਇਹ ਵੇਖਿਆ ਜਾਣਾ ਹੈ, ਨਾ ਤੂੰ ਕਿਹੜੀ ਅਹੁਦੇ 'ਤੇ ਹੈ ਇਹ ਵੇਖਿਆ ਜਾਣਾ ਹੈ। ਉੱਥੇ ਅਹੁਦੇਦਾਰੀਆਂ ਨਹੀਂ ਚੱਲਦੀਆਂ, ਉੱਥੇ ਤਾਬੇਦਾਰੀਆਂ ਚੱਲਦੀਆਂ। ਜਦ ਤੱਕ ਇਨਸਾਨ ਦੇ ਅੰਦਰ ਗੁਰੂ ਦਾ ਰੁਤਬਾ ਜਿਹੜਾ ਹੈ, ਗੁਰੂ ਦਾ ਕੀ ਸਥਾਨ ਹੈ, ਉਸਨੂੰ ਨਹੀਂ ਸਮਝ ਲੱਗਦੀ ਵੀ ਉਹ ਆਪਣੇ ਮਨ ਦੇ ਵਿੱਚ ਗੁਰੂ ਨੂੰ ਕਿੱਥੇ ਰੱਖ ਰਿਹਾ, ਇਹ ਨਹੀਂ ਸਮਝ ਲੱਗਦੀ, ਤਾਂ ਉਦੋਂ ਤੱਕ ਫਿਰ ਸਹੀ ਮਾਇਨੇ ਦੇ ਵਿੱਚ ਇਨਸਾਨ ਨੂੰ ਗਿਆਨ ਗੁਰੂ ਦਾ ਪ੍ਰਾਪਤ ਨਹੀਂ ਹੁੰਦਾ। ਬਾਬਾ ਜੀ ਇਨਸਾਨ ਕਈ ਵਾਰੀ ਇਸੇ ਚੱਕਰਾਂ ਦਾ ਘਮੰਡ ਕਰੀ ਬੈਠਾ ਹੈ ਕਿ ਮੇਰੇ ਕੋਲ ਇੰਨੀ ਦੌਲਤ ਹੈ, ਮੈਂ ਇਸ ਅਹੁਦੇ 'ਤੇ ਹਾਂ। ਉਦੋਂ ਤੱਕ ਫਿਰ ਜਦ ਤੱਕ ਇਹ ਘਮੰਡ ਨਹੀਂ ਜਾਂਦਾ ਉਦੋਂ ਤੱਕ ਗੁਰੂ ਦੇ ਕੋਲ ਜਾਣ ਦਾ ਉਹਨਾਂ ਦਾ ਨਾ ਤਾਂ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ, ਨਾ ਉਹਨਾਂ ਦਾ ਲਾਭ ਮਿਲਦਾ ਹੈ। ਕਹਿੰਦਾ ਜਾਣੇ ਹਾਂ, ਜਾਣੇ ਹਾਂ, ਪਰ ਯਾਰ ਫਾਇਦਾ ਕੋਈ ਨਹੀਂ ਹੁੰਦਾ। ਫਾਇਦਾ ਕਿੱਦਾਂ ਹੋਵੇ, ਅੰਦਰ ਤਾਂ ਕਹਿੰਦਾ ਇਹ ਰੱਖੀ ਬੈਠਾ ਹੈ, ਮੈਂ ਇੱਥੋਂ ਆਇਆ, ਮੇਰਾ ਇਹ ਖਾਨਦਾਨ ਹੈ। ਬਾਬੇ ਬੁੱਲੇ ਸ਼ਾਹ ਨੂੰ ਸਮਝਾਵਣ ਆਈਆਂ ਸੀ ਭੈਣਾਂ ਅਤੇ ਭਰਜਾਈਆਂ, ਛੱਡ ਦੇ ਬੁੱਲਿਆ ਸਾਡਾ ਕਹਿਣਾ ਤੈਂ ਕਿਉਂ ਲੀਕਾਂ ਲਾਈਆਂ। ਉਹ ਕਹਿੰਦੇ ਸੀ ਕਿ ਤੇਰਾ ਮੁਰਸ਼ਦ ਛੋਟੀ ਜਾਤ ਦਾ ਹੈ, ਅਸੀਂ ਉੱਚੀ ਜਾਤ ਦੇ ਹਾਂ ਸੱਯਦ। ਤਾਂ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਸਾਨੂੰ ਰਾਈ ਕਹੂਗਾ ਉਹ ਜੰਨਤਾਂ ਨੂੰ ਜਾਊਗਾ, ਜਿਹੜਾ ਸਾਨੂੰ ਸੱਯਦ ਕਹੂਗਾ ਉਹ ਨਰਕਾਂ ਨੂੰ ਜਾਊਗਾ।
ਕੇ ਸਾਈਂ ਬੁੱਲੇ ਸ਼ਾਹ ਜੀ ਨੇ ਫਰਮਾਇਆ ਸੀ, ਉੱਥੇ ਜ਼ਾਤਾਂ ਪਾਤਾਂ ਊਚ ਨੀਚ ਨਹੀਂ ਦੇਖਿਆ ਜਾਂਦਾ, ਉੱਥੇ ਤਾਂ ਤੇਰੇ ਅੰਦਰ ਪ੍ਰੇਮ ਹੈ, ਕੀ ਲੈ ਕੇ ਚੱਲਿਆ। ਵਾਕਈ ਗੁਰੂ ਦਾ ਸਥਾਨ ਉੱਚਾ ਹੈ, ਇਹ ਤੈਨੂੰ ਪਤਾ ਹੈ, ਤੇਰੇ ਅੰਦਰ ਇਹ ਹੈਗੀ ਹੈ ਗੱਲ, ਔਰ ਜੇ ਹੋਏਗੀ ਤਾਂ ਫਿਰ ਕਦੇ ਵੀ ਥੱਲੇ ਗੁਰੂ ਨਹੀਂ ਬਹਿੰਦੇ, ਗੁਰੂ ਉੱਤੇ ਹੀ ਬਹਿੰਦੇ। ਉੱਚੀ ਥਾਂ 'ਤੇ ਯਾਰ ਬਿਠਾਈਏ, ਨੀਵੀਂ ਥਾਂ 'ਤੇ ਬਹੀਏ, ਔਰ ਜਿਹੜੇ ਰਾਹ ਦਾ ਪਤਾ ਨਾ ਹੋਵੇ ਬਾਬਾ ਜੀ ਉਸ ਰਸਤੇ ਨਾ ਪਈਏ। ਮੈਨੂੰ ਉਮੀਦ ਹੈ ਇਹ ਜੋ ਗੱਲ ਆਪਾਂ ਕਰ ਰਹੇ ਸੀ, ਉਹ ਕਹਿੰਦੇ ਨਜ਼ਰ ਉਹਦੇ 'ਤੇ ਹੀ ਹੋਣੀ ਹੈ ਜਿਹੜੇ ਦਿਲ ਦੇ ਵਿੱਚ ਕੋਈ ਉਸ ਸਥਾਨ ਰੱਖੀ ਬੈਠਾ ਹੈ ਆਪਣੇ ਗੁਰੂ ਲਈ, ਆਪਣੇ ਮੁਰਸ਼ਦ ਲਈ। ਨਹੀਂ ਤਾਂ ਫਿਰ ਕਹਿੰਦਾ ਆਈ ਜਾ, ਤੇਰੀ ਮਰਜ਼ੀ ਹੈ। ਸਾਰਿਆਂ ਨੂੰ ਸਲਾਮ ਹੈ, ਜੇ ਕੋਈ ਗੱਲ ਸੁਣਾਉਂਦਿਆਂ ਗਲਤੀ ਹੋ ਗਈ ਹੋਵੇ ਮਾਫ਼ੀ ਦਾ ਹੱਕਦਾਰ ਹਾਂ ਆਪਣੀਆਂ ਦੁਆਵਾਂ 'ਚ, ਯਾਦ ਰੱਖਿਓ। ਔਰ ਜੇ ਕਹਿੰਦੇ ਉਹਨਾਂ ਦੀਆਂ ਕਲਾਸਾਂ 'ਚ ਜਾਣਾ ਹੈ ਤਾਂ ਅਹੁਦੇਦਾਰੀਆਂ ਬਾਹਰ ਰੱਖਿਓ, ਤਾਬੇਦਾਰੀਆਂ ਅੰਦਰ ਲੈ ਕੇ ਜਾਇਓ। ਸੋ ਸਭ ਨੂੰ ਸਲਾਮ ਹੈ, ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਾਹ ਵਾਲੀ ਜੀ।